ਅੱਜ ਜਿਹੜਾ ਜਿਹੜਾ ਸਾਡਾ ਸਮਾਜ ਹੈ ਜਿਹਦੇ ਸੜੀ ਮਾਨਸਿਕਤਾ ਬਹੁਤ ਖੋਖਲੀ ਹੋ ਚੁੱਕੀ ਆ ਔਰ ਉਹਦੇ ਅੰਦਰ ਜਿਹੜੀ ਆ ਜਿਹੜੀ ਤੁਹਾਡੀ ਡਿਪਰੈਸ਼ਨ ਵਾਲੀ ਸਮੱਸਿਆ ਤੇ ਜਿਹ ਚਿੰਤਾ ਵਾਲੀ ਸਮੱਸਿਆ ਉਹ ਤੁਹਾਡੇ ਚਿਹਰਿਆਂ ਤੇ ਲਿਖੀ ਹੋਈ ਆ ਅੱਜ ਤੁਸੀਂ ਦੇਖੋਗੇ ਕਿ ਰਿਸ਼ਤੇ ਜਿਹੜੇ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਰਿਹਾ ਚਾਹੇ ਉਹ ਖੂਨ ਦੇ ਰਿਸ਼ਤੇ ਸੀਗੇ ਚਾਹੇ ਉਹ ਸਮਾਜ ਦੇ ਰਿਸ਼ਤੇ ਸੀਗੇ ਪਰ ਕਿਸਾਨ ਵਰਗਾ ਜਿਹੜਾ ਇਹਨਾਂ ਪਵਿੱਤਰ ਪੇਸ਼ਾ ਹੈ ਉਹ ਸੁਸਾਇਸਾਈਡ ਕਰਦਾ ਹੈ ਬੰਦਾ ਬੰਦ ਅੰਦਰ ਤੱਕ ਜਿਝੋੜਿਆ ਜਾਂਦਾ ਬੰਦਾ ਜਿਹਨੂੰ ਕਹਿੰਦੇ ਖੂਨ ਦੇ ਅੱਥਰੂ ਪਾਉਣ ਵਾਲਾ ਜਿਹੜਾ ਸਾਰ ਬਣੇ ਪਏ ਆ ਮੈਂ ਤਾਂ ਇਕੱਲੇ ਦਾ ਇਕੱਲਾ ਹੀ ਆ ਜਦੋਂ ਇਕੱਲੇ ਦਾ ਇਕੱਲਾ ਲੱਗਦਾ ਫਿਰ ਉਹ ਤੁਸੀਂ ਦੇਖੋ ਉਹਦਾ ਉਹ ਜੋ ਵਕ੍ਰਿਤੀਆਂ ਆਉਂਦੀਆਂ ਨੇ ਜੋ 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 ਸਮਾਜ ਦਿਖ ਰਿਹਾ ਸਾਨੂੰ ਉਹਦਾ ਨੈਟ ਸੈਟ ਨੈਟ ਰਿਜ਼ਲਟ ਇਹ ਹੁੰਦਾ ਉਹਦੇ ਚੋਂ ਫਿਰ ਨਿਕਲਦੇ ਨੇ ਸਾਰੇ ਨਸ਼ੇ ਨਿਕਲਦੇ ਆ ਉਹਦੇ ਚੋਂ ਜਿਹੜੀਆਂ ਜਿਹੜੀਆਂ ਮਾਨਸਿਕ ਦਵਾਈਆਂ ਨਿਕਲਦੀਆਂ ਨੇ ਉਹਦੇ ਚੋਂ ਮਾਨਸਿਕ ਬਿਮਾਰੀਆਂ ਨਿਕਲਦੀਆਂ ਨੇ ਡਿਪਰੈਸ਼ਨ ਨਿਕਲਦਾ ਉਹਦੇ ਜੋ ਸੁਸਾਇਡ ਨਿਕਲਦੇ ਆ ਤਾਂ ਸਾਰਾ ਦਾ ਸਾਰਾ ਸਮਾਜ ਖੇਰੂ ਖੇਰੂ ਹੋ ਗਿਆ ਸਿਰਫ ਉਸ ਜਿਹੜਾ ਕਾਰਪੋਰੇਟ ਕਲਚਰ ਨੇ ਸਾਨੂੰ ਦਿਖਾਇਆ ਕਿ ਚੀਜ਼ਾਂ ਜਿਆਦਾ ਇੰਪੋਰਟੈਂਟ ਨੇ ਇਹੋ ਤੁਸੀਂ ਉਹ ਸਾਰੀ ਸਾਰਾ ਸੱਚ ਹੀ ਭੁੱਲ ਗਏ ਸੀ ਇੱਕ ਝੂਠ ਚ ਆ ਗਏ ਕਿ ਮੈਂ ਮੁਰਾਦ ਤੁਸੀਂ ਇਹ ਕਹੇ ਬੰਦੇ ਮੈਂ ਤੋਂ ਇਲਾਵਾ ਨੂੰ ਸਜਾਦੀ ਕੁਛ ਨਹੀਂ ਹੈ ਤੇ ਇੱਕੋ ਬੰਦੇ ਡਿਪਰੈਸ਼ਨ ਜਾਏਗਾ ਜਾਏਗਾ ਕਿਉਂਕਿ ਬਾਹਰ ਬੰਦਾ ਮੈਂ ਜੇ ਦੇ ਮੈਂ ਮੈਂ ਲਈ ਫਿਰਦਾ ਤੁਸੀਂ ਆਪਣੀ ਮੈਂ ਲਈ ਫਿਰਦੇ ਹੋ ਉਹ ਦੋ ਆਪਣੀ ਮੈਂ ਲਈ ਫਿਰਦਾ ਤੇ ਮੈਂ ਮੈਂ ਤਾਂ ਫਿਰ ਟਕਰਾਈ ਜਾਣਗੇ ਆਪਸ ਵਿੱਚ ਦਾਸੀ ਕਿਹੋ ਜਿਹਾ ਦਾਸੀ ਰੋਗ ਜਿਹੜਾ ਕਿਹੋ ਜਿਹਾ ਚੱਕਰ ਹੈ ਜੋ ਤੁਸੀ ਉਦਾਸ ਰਹਿਣ ਲੱਗ ਜਿੰਦੇ ਹੋ ਤਾਂ ਫਿਰ ਤੁਹਾਨੂੰ ਅਸੇ ਪਾਸੇ ਕੁਝ ਦਿਖਣੀ ਬੰਦ ਹੋ ਜਾਂਦੀ ਹੈ ਕਿਉਂ ਤੁਸੀ ਉਦਾਸੀ ਇੱਕ पिंजरा ਇਹ ਬੰਦ पिंजਰੇ ਚ ਆਪਣੇ ਆਪ ਨੂੰ ਕੈਦ ਕਰ ਲਿਆ ਤੁਹਾਨੂੰ ਜ਼ਿੰਦਗੀ ਦੀ ਸੁੰਦਰਤਾ ਨਾ ਤੁਹਾਨੂੰ ਫੁੱਲ ਸੋਹਣੇ ਲੱਗਦੇ ਨੇ ਨਾ ਤੁਹਾਨੂੰ ਮਿਊਜ਼ਿਕ ਚੰਗਾ ਲੱਗਦਾ ਨਾ ਤੁਹਾਨੂੰ ਯਾਰ ਦੋਸਤ ਚੰਗਾ ਲੱਗਦਾ ਨਾ ਤੁਹਾਨੂੰ ਪੇਂਟਰਾ ਚੰਗਾ ਲੱਗਦਾ ਤੁਸੀਂ ਆਪਣੇ ਆਪ ਨੂੰ ਖੱਟ ਲਿਆ ਉਹ ਫਿਰ ਜਦੋਂ ਤੁਸੀ ਉਲਝ ਗਏ ਤਾਂ ਉਲਝ ਗਏ ਮੈਂ ਤੁਹਾਨੂੰ ਗਰੰਟੀ ਦੇ ਦਿੰਦਾ ਜਿਹੜਾ ਬੰਦਾ 10 ਮਿੰਟ ਆਪਣੀ ਅੱਖਾਂ ਬੰਦ ਕਰਕੇ 15 ਮਿੰਟ ਉਹ ਜ ਆਪਣੀ ਅੱਖਾਂ ਬੰਦ ਕਰਕੇ ਆਪਣੇ ਡਿਪਰੈਸ਼ਨ ਦੇ ਉੱਪਰ ਆਪਣੀ ਐਂਗਜ਼ਾਇਟੀ ਦੇ ਉੱਪਰ ਮੈਡੀਟੇਸ਼ਨ ਕਰ ਲਵੇ ਉਧਰ ਤੁਹਾਨੂੰ ਇਸ਼ਾਰਾ ਕਰ ਲਾਈ ਜਾਂਦੀ ਹੈ ਵੀ ਬੱਚੇ ਆ ਰਸ ਤੱਕੀ ਜੀਆਂ ਅੰਦਰ ਆਦਰ ਜਾਓ ਆਤਰਾ ਹੱਲ ਆਤਰਾ ਹੱਲ ਅਸੀਂ ਉਧਰ ਧਿਆਨ ਨਹੀਂ ਕਰਦੇ ਅਸੀਂ ਉਹਨੂੰ ਸਮਝਦੇ ਬਿਮਾਰੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਰਹਿਮਨ ਟੀਵੀ ਦੇ ਨਾਲ ਤੇ ਮੈਂ ਹਰਵਿੰਦਰ ਖੰਨਾ ਸਵਾਗਤ ਕਰਦਾ ਹਾਂ ਅੱਜ ਦੀ ਜਿਹੜੀ ਗੱਲ ਕਰਨ ਜਾ ਰਹੇ ਆ ਅੱਜ ਦੀ ਜਿਹੜੀ ਬਿਮਾਰੀ ਦੀ ਗੱਲ ਕਰਨ ਜਾ ਰਹੇ ਆ ਆਪਾਂ ਦੇਖ ਰਹੇ ਆ ਕਿ ਆਪਾਂ ਇਨਸਾਨ ਬਹੁਤ ਜ਼ਿਆਦਾ ਬਿਮਾਰੀਆਂ ਦੇ ਵਿੱਚ ਘਿਰਦਾ ਜਾ ਰਿਹਾ ਜਿਹੜੀ ਆਪਾਂ ਸੱਟ ਕਹਿੰਦੇ ਆ ਸਰੀਰਿਕ ਸੱਟ ਦਾ ਤਾਂ ਆਪਾਂ ਨੂੰ ਪਤਾ ਚੱਲ ਜਾਂਦਾ ਕਿ ਉੱਪਰ ਭਾਈ ਦਵਾਈ ਲਾ ਲਓ ਤੇ ਇਲਾਜ ਠੀਕ ਆ ਚਾਰ ਦਿਨ ਪੱਟੀ ਕਰਾ ਲਈ ਭਾਈ ਫਿਰ ਦੋ ਚੋ ਦੋ ਗੋਲੀਆਂ ਖਾ ਲਈ ਐਂਟੀਬਾਇਓਟਿਕ ਪੀ ਲਿਆ ਭਾਈ ਆਪਣਾ ਸੱਟ ਹੋ ਜਾਣਾ ਤਾਂ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਐਸੀ ਬਿਮਾਰੀ ਦਾ ਨਾਮ ਚੱਲ ਰਿਹਾ ਜਿਹਨੂੰ ਡਿਪਰੈਸ਼ਨ ਕਹਿੰਦੇ ਆ ਡਿਪਰੈਸ਼ਨਿਕ ਐਸੀ ਬਿਮਾਰੀ ਹੋ ਜਾਂਦੀ ਹੈ ਕਿ ਇਨਸਾਨ ਨੂੰ ਇਹ ਨਹੀਂ ਪਤਾ ਚੱਲਦਾ ਹੁੰਦਾ ਕਿ ਇਹਦਾ ਇਹਦੀ ਕੋਈ ਦਵਾਈ ਆਉਂਦੀ ਹੈ ਕਿ ਮੈਂ ਕਿਸੇ ਨਾਲ ਗੱਲ ਸ਼ੇਅਰ ਕਰਾਂ ਕਿਉਂਕਿ ਅਗਲਾ ਕਹਿਣ ਦਾ ਹੁੰਦਾ ਕਿ ਯਾਰ ਮੈਂ ਉਦਾਸ ਰਹਿਣਾ ਮੇਰਾ ਦਿਲ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਨਾ ਮੇਰਾ ਖੁਸ਼ ਰਹਿਣ ਨੂੰ ਦਿਲ ਕਰਦਾ ਬਹੁਤ ਐਸੀਆਂ ਗੱਲਾਂ ਬਾਤਾਂ ਨੇ ਜਿਨ੍ਹਾਂ ਨਾਲ ਇਨਸਾਨ ਆਪਣੇ ਆਪ ਨੂੰ ਇੱਕ ਉਲਝਿਆ ਹੋਇਆ ਸਮਝਣ ਲੱਗ ਜਾਂਦਾ ਨਾ ਉਹ ਕੋਈ ਕੰਮ ਕਰਦਾ ਤੇ ਨਾ ਕਿਸੇ ਨਾਲ ਆਪਣੀ ਗੱਲ ਕੋਈ ਸ਼ੇਅਰ ਕਰਨ ਦਾ ਉਹਦਾ ਦਿਲ ਕਰਦਾ ਹੁੰਦਾ ਅੱਜ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਬੈਠੇ ਆ ਡਾਕਟਰ ਅਮਰ ਸਿੰਘ ਆਜ਼ਾਦ ਜੀ ਸਾਡੇ ਨਾਲ ਹੋਣਗੇ ਇਸੇ ਮੈਟਰ ਦੇ ਉੱਤੇ ਗੱਲਬਾਤ ਕਰਾਂਗੇ ਕਿ ਡਿਪਰੈਸ਼ਨ ਹੁੰਦਾ ਕੀ ਆ ਕਿਉਂਕਿ ਚੜਦੀ ਕਲਾ 'ਚ ਰਹਿਣ ਵਾਲੀ ਕੌਮ ਜਦੋਂ ਡਿਪਰੈਸ਼ਨ ਦਾ ਸ਼ਿਕਰਾ ਸ਼ਿਕਾਰ ਬਣਦੀ ਜਾਂਦੀ ਹੈ ਪਤਾ ਨਹੀਂ ਕੀ ਇਹ ਜੇ ਦਿਨ ਆਗੇ ਡਾਕਟਰ ਸਾਹਿਬ ਸਾਡੇ ਨਾਲ ਨੇ ਸੱਸੇ ਡਾਕਟਰ ਸਾਹਿਬ ਕਿਵੇਂ ਹੋ ਸੇਤਾ ਕਿਵੇਂ ਜੀ ਸਾਹਿਬ ਸੋਹਣ ਬੁਧਿਆ ਜੀ ਸੇਤਾ ਸੇਤਾ ਕਿਵੇਂ ਠੀਕ ਫਰਸਟ ਕਲਾਸ ਜੀ ਫਰਸਟ ਕਲਾਸ ਮੈਂ ਡਾਕਟਰ ਸਾਹਿਬ ਸ਼ੁਰੂਆਤ ਦੇ ਵਿੱਚ ਇੱਕ ਗੱਲ ਕਹੀ ਕਿ ਆਪਾਂ ਬਹੁਤ ਚੜਦੀ ਕਲਾ 'ਚ ਰਹਿੰਦੇ ਸੀ ਬੜਾ ਜੋਸ਼ ਹੋਣਾ ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਲੋਕਾਂ ਨਾਲ ਗੱਲਬਾਤ ਕਰੀਦੀ ਹੈ ਬਹੁਤ ਆਸਾਨੀ ਨਾਲ ਫਰੰਟ ਤੋਂ ਹੀ ਅਗਲਾ ਕਿ ਇਹ ਗੱਲ ਕਹਿ ਦਿੰਦਾ ਕਿ ਜੀ ਮੈਂ ਡਿਪਰੈਸ਼ਨ ਚਾ ਕਿ ਮੇਰਾ ਦਿਲ ਨਹੀਂ ਲੱਗਦਾ ਮੈਂ ਕਿਸ ਨਾਲ ਗੱਲਬਾਤ ਕਰਨ ਨੂੰ ਨਹੀਂ ਨਾ ਕੰਮ ਨੂੰ ਦਿਲ ਲੱਗਦਾ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਅਸੀਂ ਉਸ ਸਭਿਤਾ ਦੇ ਵਾਰਿਸਾਂ ਜਿਹੜੀ ਸਭਿਤਾ ਦੁਨੀਆ ਦੀ ਸਭ ਤੋਂ ਗ੍ਰੇਟੈਸਟ ਸਭਿਤਾ ਦੇ ਤੌਰ ਤੇ ਮਸ਼ਹੂਰ ਹੋਈ ਹੈ ਔਰ ਖਾਸ ਕਰਕੇ ਇੱਕਤਾ ਜਿਹੜਾ ਉਹਦਾ ਸੈਂਟਰ ਰਿਹਾ ਉਹ ਸਭਿਤਾ ਦਾ ਕੇਂਦਰ ਰਿਹਾ ਔਰ ਇਹ ਸਭਿਤਾ ਨੇ ਹਰ ਕਿਸੇ ਦੀ ਅਮੀਰੀ ਹੰਡਾਈ ਹੈ ਤੋ ਇਹ ਸਭਿਤਾ ਜਦੋਂ ਡਿਪਰੈਸ਼ਨ ਚ ਜਾਂਦੀ ਹੈ ਉਹ ਇਸ ਹੱਦ ਤੱਕ ਡਿਪਰੈਸ਼ਨ ਜਾਂਦੀ ਹੈ ਕਿ ਸੁਸਾਇਡ ਵੀ ਕਰਦੀ ਹੈ ਔਰ ਕਿਸਾਨ ਵਰਗਾ ਜਿਹੜਾ 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 ਮਤਲਬ ਇਹਨਾਂ ਪਵਿੱਤਰ ਪੇਸ਼ਾ ਉਹ ਸੁਸਾਇਡ ਕਰਦਾ ਅੰਦਰ ਤੱਕ ਨਿਜੋੜਿਆ ਜਾਂਦਾ ਬੰਦਾ ਔਰ ਔਰ ਜਿਹਨੂੰ ਕਹਿੰਦੇ ਖੂਨ ਦੇ ਅਥਰੂ ਬਹਾਉਣ ਵਾਲਾ ਜਿਹੜਾ ਅਸਾਰ ਬਣੇ ਪਏ ਆ ਇਸ ਵੇਲੇ ਹਾਲਾਂਕਿ ਜਿਹੜੇ ਨੇ ਦੇਖਣ ਨੂੰ ਲੋਕ ਉਤੋਂ ਕਹਿੰਦੇ ਰੰਗਲਾ ਪੰਜਾਬ ਤੇ ਫਲਾਣਾ ਤੇ ਢਿਮਕਾ ਤੇ ਸਿੰਘਰਾਨੀਆਂ ਹੈ ਗਾਇਕਾਂ ਦੀ ਅਜੇ ਵੀ ਕਦੇ ਉਹ ਬੋਕ ਬੋਕ ਤੁਥਾਰ ਖੋਖਲਾ ਲੱਗਦਾ ਅੱਜ ਜਿਹੜਾ ਸਾਡਾ ਸਮਾਜ ਜਿਹਦੇ ਤੇ ਸੜੀ ਮਾਨਸਿਕਤਾ ਬਹੁਤ ਖੋਖਲੀ ਹੋ ਚੁੱਕੀ ਆ ਔਰ ਉਹਦੇ ਅੰਦਰ ਜਿਹੜੀ ਆ ਜਿਹੜੀ ਤੁਹਾਡੀ ਡਿਪਰੈਸ਼ਨ ਵਾਲੀ ਸਮੱਸਿਆ ਤੇ ਜਿਹ ਚਿੰਤਾ ਵਾਲੀ ਸਮੱਸਿਆ ਉਹ ਤੁਹਾਡੇ ਚਿਹਰਿਆਂ ਤੇ ਲਿਖੀ ਹੋਈ ਆ ਇਸ ਕਰਕੇ ਬਹੁਤ ਹੀ ਇਹ ਦੁੱਖ ਦੀ ਗੱਲ ਹੈ ਬਹੁਤ ਹੀ ਜਿਹਨੂੰ ਕਹਿੰਦੇ ਆ ਇਸ ਗੱਲ ਦੇ ਬਾਰੇ ਸੋਚਣ ਦੀ ਗੱਲ ਹੈ ਚਿੰਤਨ ਕਰਨ ਦੀ ਗੱਲ ਹੈ ਕਿ ਇਹ ਕਿਉਂ ਵਾਪਰਿਆ ਇਹ ਇਹੋ ਜਿਹੇ ਜਿਹੜੀ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਹੈ ਜਿਹਦੇ ਜਿਹਦੇ ਕਿ ਹੀਰੋ ਜਿੱਥੇ ਉਪਨਿਸ਼ਦਾਂ ਵਰਗੇ ਗ੍ਰੰਥ ਲਿਖੇ ਗਏ ਹੁਣ ਅਜ ਤੋਂ 1000 ਸਾਲ ਪਹਿਲਾਂ ਉਹ ਜਿੱਥੇ ਸੈਂਕੜੇ ਸਾਲ ਪਹਿਲਾਂ ਗੁਰੂ ਸਾਹਿਬਾਨ ਦੀ ਜਿਹੜੀ ਆਮਦ ਹੋਈ ਹੋਵੇ ਔਰ ਗੁਰੂ ਸਾਹਿਬਾਨ ਨੇ ਹਰ ਹਾਲਾਤ ਦੇ ਵਿੱਚ ਲੜਨਾ ਸਿਖਾਇਆ ਹੋਵੇ ਚਾਹੇ ਉਹ ਬਾਬੇ ਨਾਨਕ ਦੀਆਂ ਦਾਸੀਆਂ ਨੇ ਜਿੱਥੇ ਉਸ ਤੋਂ ਬਾਅਦ ਔਖਾ ਕੋਈ ਸਮਾਂ ਨਹੀਂ ਉਸ ਸੀਗਾ ਕਿ ਉਹ ਉਹਨਾਂ ਜਮਾਨਿਆਂ ਚ ਦਾਸੀ ਕਰੀਦੇ ਹੋ ਕਿੰਡੀ ਔਖੀ ਸੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜਾ ਜੋ 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 ਪੀਰੀਅਡ ਚੋਂ ਲੰਘੇ ਤਾਂ ਜੋ ਉਦੋਂ ਦਾ ਚਮਕੌਰ ਦੀ ਗੜੀ ਵਾਲਾ ਜੋ ਜੋ ਹਾਲਾਤ ਨੇ ਕਿਤੇ ਉਸ ਤੋਂ ਮਤਲਬ ਮਾੜੇ ਹੱਤ ਹੋ ਨਹੀਂ ਸਕਦੇ ਨਾ ਤੇ ਉਹ ਕੌਮ ਜਿਹੜੀ ਹੈ ਜਦੋਂ ਉਦਾਸੀ ਚ ਜਾਂਦੀ ਹੈ ਤਾਂ ਬਹੁਤ ਬਹੁਤ ਦੁੱਖ ਹੁੰਦਾ ਇਸ ਗੱਲ ਤੇ ਡਾਕਟਰ ਸਾਹਿਬ ਇਹ ਹਾਲਾਤ ਬਣਦੇ ਨੇ ਅੱਜ ਕੱਲ ਦੇ ਸਮੇਂ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਇਨਸਾਨ ਵੱਡੀ ਤੋਂ ਵੱਡੀ ਗੱਲ ਨੂੰ ਵੀ ਬਹੁਤ ਛੇਤੀ ਹজম ਕਰ ਲੈਂਦਾ ਕਈ ਵਾਰ ਛੋਟੀ ਜਿਹੀ ਗੱਲ ਨੂੰ ਵੀ ਬਹੁਤ ਛੇਤੀ ਦਿਲ ਤੇ ਲਾ ਲੈਂਦਾ ਕਿ ਮੈਨੂੰ ਯਾਰ ਇਹ ਨਹੀਂ ਇਹ ਗੱਲ ਕਹਿ ਕੇ ਮੈਂ ਦਿੰਦੀ ਅੱਜ ਕੱਲ ਦਾ ਸੁਭਾਅ ਜਿਹੜਾ ਹੈ ਆ ਇਨਸਾਨ ਦਾ ਉਹ ਇਦਾਂ ਦਾ ਬਣਦਾ ਜਾ ਰਿਹਾ ਹੈ ਕਿਉਂ ਬਣਦਾ ਜਾ ਰਿਹਾ ਦੋ ਮੈਂ ਸਮਝਦਾ ਵੱਡੇ ਫੈਕਟਰ ਇਹਦੇ ਵਿੱਚ ਇੱਕ ਫੈਕਟਰ ਤਾਂ ਹੈਗਾ ਕਿ ਸਾਡਾ ਜਿਹੜਾ ਹਵਾ ਪਾਣੀ ਤੇ ਮਿੱਟੀ ਇਹ ਜ਼ਹਿਰਾਂ ਨਾਲ ਭਰ ਗਏ ਖਾਣਾ ਜਦੋਂ ਤੁਹਾਡਾ ਖਾਣਾ ਪੀਣਾ ਹਵਾ ਜਰੇਲੀ ਹੋਏਗੀ ਤਾਂ ਤੁਹਾਡੇ ਵਿਚਾਰ ਵੀ ਜਰੇਲੇ ਹੋ ਜਾਂਦੇ ਆ ਕਿਉਂਕਿ ਜੋ ਅੰਦਰ ਜਾਂਦਾ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਨਰਵਸ ਸਿਸਟਮ ਨੂੰ ਤੁਹਾਡੇ ਮਾਈਂਡ ਨੂੰ ਅਫੈਕਟ ਕਰਦਾ ਸੋ ਇਸ ਕਰਕੇ ਜਦੋਂ ਜਹਿਰਾ ਖਾਂਦੇ ਆਸੀਂ ਹਵਾ 'ਚ ਵੀ ਨੇ ਪਾਣੀ 'ਚ ਵੀ ਨੇ ਤੇ ਘਣ ਖਾਣੇ 'ਚ ਵੀ ਨੇ ਉਹ ਕਿਤੇ ਨਾ ਕਿਤੇ ਸਾਡੇ ਮਨ ਨੂੰ ਉਹ ਜ਼ਰੇਲਾ ਕਰਦੀਆਂ ਨੇ ਉਹ ਇੱਕ ਫੈਕਟਰ ਆ ਦੂਸਰਾ ਫੈਕਟਰ ਅਸੀਂ ਬਹੁਤ ਵੱਡੇ ਝੂਠ 'ਚ ਜਿਉ ਰਹੇ ਆ ਉਹ ਝੂਠ ਕੀ ਹੈ ਕਿ ਅੱਜ ਦੇ ਕਾਰਪੋਰੇਟ ਕਲਚਰ ਨੇ ਅਰੇ ਅਰੇ ਸਮਰਾਇਦਾਰ ਯੁੱਗ ਦਾ ਸਾਮਰਾਜੀ ਯੁੱਗ ਦਾ ਜਿਹੜਾ ਕਲਚਰ ਹੈ ਬ੍ਰਿਟਿਸ਼ ਪੀਰੀਅਡ ਦਾ ਜਿਹੜੇ ਜਿਹੜੇ ਕਿ ਜਦ ਤੱਕ ਬ੍ਰਿਟਿਸ਼ ਆਏ ਸੀਗੇ ਉਸ ਤੋਂ ਪਹਿਲਾਂ ਦਾ ਬਿਲਕੁਲ ਕਲਚਰ ਡਿਫਰੈਂਟ ਹੈ ਇਤਿਹਾਸਕਾਰ ਜੇ ਤੁਸੀਂ ਫੋਲ ਕੇ ਦੇਖੋ ਤਾਂ ਉਹ ਸਮਾਜ ਹੀ ਵੱਖਰਾ ਸੀਗਾ ਉਹਦੇ ਸਾਡੇ ਪਿੰਡ ਜਿਹੜੇ ਸੀ ਉਹ ਇੱਕ ਵੱਖਰੀ ਕਿਸਮ ਦਾ ਜਿਹੜਾ ਜਿਹੜਾ ਮਤਲਬ ਗਣਤੰਤਰ ਸੀਗੇ ਤੇ ਆਪਣੇ ਆਪ ਸੰਪੰਨ ਸੀ ਉਹ ਪਿੰਡ ਦੇ ਅੰਦਰ ਸਭ ਕੁਝ ਸੀਗਾ ਤੇ ਬਚਪਨ ਮੈਨੂੰ ਤੁਹਾਨੂੰ ਬਚਪਨ ਯਾਦ ਆ ਕਿਵੇਂ ਕਿਵੇਂ ਜਿਹੜੀ ਉਹਦੀ ਜ਼ਿੰਦਗੀ ਸੀ ਕਿਵੇਂ ਕਲਕਾਰੀਆਂ ਸੀ ਤੇ ਕਿਵੇਂ ਖੇਡਣਾ ਸੀ ਤੇ ਕਿਵੇਂ ਸਾਰਾ ਕੁਝ ਸੀਗਾ ਅੱਜ ਇੱਕ ਬਹੁਤ ਵੱਡੇ ਝੂਠ 'ਚ ਜਿਉ ਰਹੇ ਅਸੀਂ ਮੈਂ ਮੈਂ ਦਾ ਝੂਠਾੜਾ ਕਰ ਲਿਆ ਸੀ ਕਿ ਹਰ ਬੰਦੇ ਨੂੰ ਲੱਗਦਾ ਮੈਂ ਬੜਾ ਇੰਪੋਰਟੈਂਟ ਆ ਪੁਰਾਣਾ ਸਮਾਜ ਹੋਈ ਨੈਸਟ ਸੀਗਾ ਅਸੀਂ ਹਾਂ ਪਰ ਇਹਦਾ ਬੇਸਿਕ ਡਿਫਰੈਂਸ ਪੈ ਗਿਆ ਮੈਂ ਤੇ ਅਸੀਂ ਦਾ ਇਹ ਮਾਨਸਿਕ ਬਿਵਾਰੀਆਂ ਦੀ ਜੜ ਬਣ ਗਿਆ ਕਿ ਮੈਂ ਵੱਖਰਾ ਕੁਝ ਮੇਰੇ ਆਲੇ ਦੁਆਲੇ ਹਰ ਚੀਜ਼ ਘੁੰਮੇ ਇਹ ਜਿਹੜੀ ਮਾਨਸਿਕਤਾ ਸਿਖਾਈ ਗਈ ਹੈ ਇਹ ਇਹ ਕੰਜ਼ਿਊਮਰ ਕਲਚਰ ਤੋਂ ਨਿਕਲੀ ਆ ਇਵੇਂ ਮੇਰੇ ਕੋਲ ਆ ਵੀ ਹੋਣਾ ਚਾਹੀਦਾ ਮੇਰੇ ਕੋਲ ਆ ਵੀ ਹੋਣਾ ਚਾਹੀਦਾ ਮੇਰੇ ਕੋਲ ਆ ਵੀ ਹੋਣਾ ਚਾਹੀਦਾ ਕੋਈ ਅੰਡਰਲੈਸ ਸਾਡੀ ਲਿਸਟ ਹੈ ਅੰਤਹੀਣ ਉਹਦੇ ਚ ਤੁਹਾਡੇ ਵਾਲੇ ਵਾਲੇ ਬਾਕੀ ਦੇ ਜਿਹੜੇ ਜਿਹੜੇ ਤੁਹਾਡੇ ਜੀ ਨੇ ਪਰਿਵਾਰ ਦੇ ਮੈਂਬਰ ਨੇ ਸਮਾਜ ਦੇ ਮੈਂਬਰ ਨੇ ਤੁਹਾਡੇ ਮੱਲੇਦਾਰ ਨੇ ਤੁਹਾਡੇ ਗਵੰਡੀ ਨੇ ਉਹਨਾਂ ਨਾਲ ਤੁਹਾਡੀ ਜਿਹੜੀ ਸਾਂਝ ਹੈ ਉਹ ਇਸ ਇਸ ਡਿਮਾਂਡ ਨੇ ਇਸ ਮੰਗ ਨੇ ਮੈਂ ਨੇ ਉਹ ਜਿਹੜੀ ਹੈ ਬਹੁਤ ਪਤਲੀ ਕਰਦੀ ਹੈ ਅੱਜ ਤੁਸੀਂ ਦੇਖੋਗੇ ਕਿ ਰਿਸ਼ਤੇ ਜਿਹੜੇ ਨੇ ਉਹਨਾਂ ਦਾ ਕੋ ਮਤਲਬ ਨਹੀਂ ਰਿਹਾ ਚਾਹੇ ਉਹ ਖੂਨ ਦੇ ਰਿਸ਼ਤੇ ਸੀਗੇ ਚਾਹੇ ਉਹ ਸਮਾਜ ਦੇ ਰਿਸ਼ਤੇ ਸੀਗੇ ਮੈਨੂੰ ਯਾਦ ਹੈ ਪੁਰਾਣੇ ਜ਼ਮਾਨੇ ਚ ਕਹਿੰਦੇ ਸੀ ਯਾਰ ਹੈ ਜਾਨ ਦੇ ਸਕਦੇ ਆ ਅੱਜ ਤੁਸੀਂ ਦੇਖ ਕੇ ਦੇਖੋ ਕਿੰਨੇ ਕ ਬੰਦੇ ਇਹੋ ਜਿਹੀ ਗੱਲ ਕਹਿਣ ਵਾਲੇ ਹੋਣਗੇ ਔਰ ਇਹ ਮਤਲਬ ਸੀ ਦੇ ਮੀਨ ਇਟ ਸਿਰਫ ਕਹਿਣ ਦੀ ਗੱਲ ਨਹੀਂ ਸੀ ਹੁੰਦੀ ਉਹ ਉਪਰੀ ਨਹੀਂ ਸੀ ਹੁੰਦੀ ਉਹ ਪ੍ਰਿੰਸੀ ਦਿਲੋਂ ਕਹਿੰਦੇ ਸੀ ਉਹ ਵੀ ਇਹ ਯਾਰ ਹੈ ਯਾਰ ਕਿਹ ਹੈ ਨੂੰ ਇਹਦੇ ਲਈ ਜ਼ਿੰਦਗੀ ਵੀ ਆਜਰ ਹੈ ਔਰ ਔਰ ਆਸ਼ਿਕ ਤੇ ਆਸ਼ਿਕਾਂ ਦੇ ਕisse ਜਿਹੜੇ ਉਸ ਵੇਲੇ ਸੀਗੇ ਉਹ ਵੀ ਇਦਾਂ ਦੇ ਸੀਗੇ ਤੋ ਉਹ ਜਿਹੜੇ ਜਿਹੜੇ ਸੀਗੇ ਇਹਨਾਂ ਦੀ ਕਮਿਟਮੈਂਟ ਸੀਗੀ ਕਿ ਵੁਇਨੈਸਟ ਜਿਹਾ ਹੁੰਦਾ ਸੀ ਸਾਰਾ ਸਮਾਜ ਉਹ ਸਮਾਜ ਦੇ ਕਦਰਾਂ ਕੀਮਤਾਂ ਇੰਨੀਆਂ ਸਟਰੋਂਗ ਸੀਗੀਆਂ ਕਿ ਪਿੰਡ ਦੇ ਵਿੱਚ ਹਰ ਬੰਦਾ ਮੈਨੂੰ ਯਾਦ ਕਿਸੇ ਵੀ ਕਾਸਟ ਦਾ ਹੋਵੇ ਕਿਸੇ ਨੂੰ ਚਾਚਾ ਕੋਈ ਤਾਇਆ ਕੋਈ ਕੁਛ ਕੁਛ ਨਾ ਕੁਛ ਕੁਛ ਨਾ ਕੁਛ ਉਹਦੇ ਨਾਲ ਰਿਸ਼ਤਾ ਜੁੜਿਆ ਹੁੰਦਾ ਸੀ ਰਿਸ਼ਤਾ ਜੁੜਿਆ ਹੁੰਦਾ ਸੀ ਤੇ ਪ੍ਰੈਕਟਸ ਸੀ ਬਹੁਤ ਜ਼ਿਆਦਾ ਤੇ ਬੰਦੇ ਨੂੰ ਕੋ ਲੱਗਦਾ ਨਹੀਂ ਸੀ ਮੈਂ ਕੱਲਣਾ ਬੰਦੇ ਨੂੰ ਕੋਈ ਮਹਿਸੂਸ ਹੀ ਨਹੀਂ ਹੁੰਦਾ ਸੀ ਵੀ ਮੈਨੂੰ ਬਦਾਸੀ ਦੂਸਰੇ ਵਾਸਤੇ ਉਹਦੇ ਕੋਲ ਕੋਈ ਟਾਈਮ ਹੀ ਨਹੀਂ ਸੀਗਾ ਨਾ ਕੋਈ ਸੋਚ ਸੀ ਉਹਦੇ ਕੋਲੇ ਅੱਜ ਅਸੀਂ ਕਿ ਕਿ ਬੰਦਾ ਜਦੋਂ ਇੱਕ ਸੋਚਦਾ ਹੁਣ ਕਿ ਇੱਕ ਬੰਦਾ ਕਿੰਨਾ ਕੁਝ ਕਰ ਲੂਗਾ ਤੇ ਕਿਨੇ ਤਾਰੇ ਤੋੜ ਲਿਆਊਗਾ ਤੁਸੀਂ ਬਚਪਨ ਜੰਮ ਦੇ ਜਵਾਗ ਨੂੰ ਸਿਖਾਉਣ ਸਿਖਾਉਣਾ ਸ਼ੁਰੂ ਕਰਦੇ ਨੇ ਵੀ ਤੂੰ ਤਾਂ ਤਾਰੇ ਤੋੜ ਕੇ ਲਿਆਉਣੇ ਕਿਤੋਂ ਉਹ ਉਹ ਸਾਰਾ ਦਿਨ ਵਿਚਾਰਾ ਤਾਰੇ ਤੋੜਨ ਦੇ ਚੱਕਰ ਚ ਉਲਝੀ ਜਾਂਦਾ ਤਾਰੇ ਤੁਰੇ ਤਾਂ ਟੁੱਟਦੇ ਨਹੀਂ ਹੈ ਫਿਰ ਉਹਨੂੰ ਲੱਗਦਾ ਵੀ ਇਹ ਮੇਰੇ ਮੇਰੇ ਤੱਕ ਕੋਈ ਹੈ ਸਭ ਐਸੇ ਕੋਈ ਸਪੋਰਟ ਸਿਸਟਮ ਹੀ ਹੈ ਨਹੀਂਗਾ ਮੈਂ ਤਾਂ ਇਕੱਲੇ ਦਾ ਇਕੱਲਾ ਹੀ ਆ ਜਦੋਂ ਇਕੱਲੇ ਦਾ ਇਕੱਲਾ ਲੱਗਦਾ ਫਿਰ ਉਹ ਤੁਸੀਂ ਦੇਖੋ ਉਹਦਾ ਉਹ ਜੋ ਵਿਕ੍ਰਿਤੀਆਂ ਆਉਂਦੀਆਂ ਨੇ ਜੋ 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 ਸਮਾਜ ਚ ਦਿਖ ਰਿਹਾ ਸਾਨੂੰ ਉਹਦਾ ਨੈਟ ਸੈਟ ਨੈਟ ਰਿਜ਼ਲਟ ਇਹ ਆਉਂ ਉਹਦੇ ਚੋਂ ਫਿਰ ਨਿਕਲਦੇ ਨੇ ਸਾਰੇ ਨਸ਼ੇ ਨਿਕਲਦੇ ਆ ਉਹਦੇ ਚੋਂ ਜਿਹੜੀਆਂ ਜਿਹੜੀਆਂ ਮਾਨਸਿਕ ਦਵਾਈਆਂ ਨਿਕਲਦੀਆਂ ਨੇ ਉਹਦੇ ਚੋਂ ਮਾਨਸਿਕ ਬਿਮਾਰੀਆਂ ਨਿਕਲਦੀਆਂ ਨੇ ਡਿਪਰੈਸ਼ਨ ਨਿਕਲਦਾ ਉਹਦੇ ਚੋਂ ਸੁਸਾਇਡ ਨਿਕਲਦੇ ਆ ਤਾਂ ਸਾਰਾ ਦਾ ਸਾਰਾ ਸਮਾਜ ਖੇਰੂ ਖੇਰੂ ਹੋ ਗਿਆ ਸਿਰਫ ਉਸ ਜਿਹੜਾ ਕਾਰਪੋਰੇਟ ਕਲਚਰ ਨੇ ਸਾਨੂੰ ਕੀ ਦਿਖਾਇਆ ਕਿ ਚੀਜ਼ਾਂ ਜਿਆਦਾ ਇੰਪੋਰਟੈਂਟ ਹੁੰਦੀਆਂ ਨੇ ਆ ਮੋਟਰਸਾਈਕਲ ਆ ਫੋਨ ਆ ਕਾਰ ਗੋਠੀ ਆ ਪਹਿਲੇ ਜ਼ਮਾਨੇ 'ਚ ਇਹ ਗੱਲ ਜਿਹੜੀ ਬੜੀ ਇੰਪੋਰਟੈਂਟ ਹੀ ਨਹੀਂ ਸੀ ਮੰਦੀ ਜਰੂਰ ਜੋ ਇਹ ਗੱਲ ਕਿ ਤੁਹਾਡੇ ਕੋਲ ਕੀ ਆ ਤੁਹਾਡੇ ਕੋਲ ਰਿਸ਼ਤੇ ਸੀਗੇ ਇਹ ਮੇਰਾ 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 ਬਾਪੂ ਮੇਰੀ ਫੈਮਲੀ ਮੇਰੀ ਬੇਬੇ ਮੇਰਾ ਪੁੱਤ ਮੇਰੀ ਧੀ ਮੇਰਾ ਮੇਰੀ ਭੈਣ ਮੇਰੇ ਰਿਸ਼ਤੇ ਮੇਰਾ ਗਵੰਡੀ ਗਵੰਡੀ ਜਿਹੜੇ ਗਵੰਡੀ ਨਾਲ ਕਿੰਨਾ ਜ਼ਿਆਦਾ ਹੁੰਦਾ ਸੀਗਾ ਵੀ ਅੱਜ ਵੀ ਮੈਨੂੰ ਜ਼ਿਆਦਾ ਬਚਪਨ ਦੇ ਕਿਸੇ ਮੇਰੇ ਗਵੰਡੀ ਦਾ ਫੋਨ ਆ ਜਾਂਦਾ ਤਾਂ ਉਹ ਮਤਲਬ ਸਾਰਾ ਕੁਝ ਫਿਰ ਉਹ ਜ਼ਿਆਦਾ ਉਹ ਵੀ ਉਦਾਂ ਹੀ ਗੱਲ ਕਰਦਾ 1975 ਨਾਲ ਤੇ ਇਹ ਸਾਰੇ ਦਾ ਸਾਰਾ ਮੈਸਮ ਜਿਹੜਾ ਜਿਹਾ ਸੀ ਡਿਸਟਰਾਏ ਕਰਤਾ ਇਹਨੂੰ ਵਾਪਸ ਲੈ ਕੇ ਆਉਣ ਦੀ ਲੋੜ ਹੈ ਜਿੱਥੇ ਸਾਨੂੰ ਆਪਣੇ ਆਲੇ-ਦੁਆਲੇ ਜ਼ਹਿਰੀਲਾ ਜਿਹੜਾ ਵਾਤਾਵਰਨ ਹੈ ਆਵਾ ਪਾਣੀ ਮਿੱਟੀ ਹੈ ਉਹਨੂੰ ਠੀਕ ਕਰਨ ਦੀ ਲੋੜ ਹੈ ਤਾਂ ਕਿ ਸਰੀਰ 'ਚ ਜ਼ਹਿਰ ਘਟਣ ਕਿਉਂਕਿ ਜਿਹੜੇ ਜ਼ਹਿਰ ਹੁੰਦੇ ਨਾ ਜਿਹੜੇ ਤੋਂ ਸ਼ੁਰੂ ਜੀ ਗੱਲ ਕੀਤੀ ਸੀਗੀ ਕਿ ਸਾਡਾ ਸਿਹਤ ਸ਼ਕਤੀ ਨਹੀਂ ਹੈ ਕਿ ਮਾੜਾ ਜਾਂ ਤੁਸੀਂ ਕੋਈ ਚ ਬੰਦਾ ਤੁਹਾਨੂੰ ਉੱਚਾ ਨਹੀਂ ਮੈਂ ਬੋਲ ਜਾਂਦਾ ਤਾਂ ਤੁਹਾਡਾ ਜਿਹੜਾ ਮਤਲਬ ਪਾਰਾ ਚੜ ਜਾਂਦਾ ਪਾਰਾ ਚੜ ਜਾਂਦਾ ਬਿਲਕੁਲ ਉਹ ਕਿਉਂਕਿ ਉਹ ਉਹ ਨੋਨ ਹੈ ਜਿਹੜੇ ਜ਼ਹਿਰ ਨੇ ਜਿਹੜੇ ਖਤਰਨਾਕ ਕਿਸਮ ਦੇ ਜ਼ਹਿਰ ਨੇ ਇਹ ਤੁਹਾਡ ਨੂੰ ਸੈਂਸਿਟਾਈਜ਼ ਕਰ ਦਿੰਦੇ ਆ ਪੜਾ ਸਟੈਮੀਨਾ ਕੇ ਤੁਹਾਨੂੰ ਕਿੰਨੀ ਗੱਲ ਡਿਸਟਰਬ ਕਰ ਸਕਦੀ ਆ ਜੇ ਤੁਹਾਡੇ ਅੰਦਰ ਜ਼ਹਿਰ ਨਾ ਹੋਣ ਤਾਂ ਤੁਹਾਨੂੰ ਉਹੀ ਗੱਲ ਸ਼ਾਇਦ ਡਿਸਟਰਬ ਨਾ ਕਰੇ ਜੇ ਜ਼ਹਿਰ ਨੇ ਤਾਂ ਨਿੱਕੀ ਜੀ ਗੱਲ ਵੀ ਤੁਹਾਨੂੰ ਬਹੁਤ ਡਿਸਟਰਬ ਕਰੇਗੀ ਤਾਂ ਉਹ ਜ਼ਹਿਰਾਂ ਖਤਮ ਕਰੀਏ ਇੱਕ ਤਾਂ ਆਸ-ਪਾਸਿਓ ਆਪਣੀਆਂ ਹਵਾ ਪਾਣੀ ਤੇ ਮਿੱਟੀ ਸਾਫ਼ ਕਰੀਏ ਤੇ ਭੋਜਨ ਸਾਫ਼ ਹੋਵੇ ਇਹ ਜਿਹੜਾ ਸਾਡਾ ਸਮਾਜ ਦਾ ਟਾਣਾ ਬਾਣਾ ਟੁੱਟ ਰਿਹਾ ਉਹਨੂੰ ਫਿਰ ਨਵੇਂ ਸਿਰੇ ਤੋਂ ਅਸੀਂ ਰੀਆਰਗੇਨਾਈਜ਼ ਕਰੀਏ ਦੁਬਾਰਾ ਦੁਬਾਰਾ ਅਸੀਂ ਕਿਉਂਕਿ ਇਹੀ ਇੱਕ ਸੱਚ ਹੈ ਕਿ ਸਮਾਜ ਸਾਰਾ ਨਖਲਸ ਮਾਜੀ ਨਹੀਂ ਤੁਸੀਂ ਦੇਖੋ ਕਿੱਡੀ ਵੱਡੀ ਇੱਕ ਚੇਨ ਹੈ ਬੀਨੈਸ ਦੀ ਮੈਂ ਆ ਮੇਰਾ ਫੌਰੀ ਫੈਮਿਲੀ ਹੈ ਫਿਰ ਮੇਰਾ ਮਹੱਲਾ ਫਿਰ ਮੇਰਾ ਸ਼ਹਿਰ ਹੈ ਫਿਰ ਮੇਰੀ ਸਟੇਟ ਹੈ ਫਿਰ ਮੇਰਾ ਕੰਟਰੀ ਹੈ ਫਿਰ ਮਨੁੱਖਤਾ ਹੈ ਫਿਰ ਪੂਰੀ ਕੁਦਰਤ ਹੈ ਫਿਰ ਸੂਰਜ ਸੂਰੀ ਦਾ ਪਰਿਵਾਰ ਦਾ ਮੈਂ ਸਾਡੀ ਧਰਤੀ ਮੈਂਬਰ ਹੈ ਉਹ ਸੂਰਜ ਵਰਗੇ ਕਰੋੜਾ ਕਰੋੜਾ ਸੂਰਜ ਹੋਰ ਨੇ ਉਹ ਇੱਕ ਗੈਲੈਕਸੀ ਦੇ ਵਿੱਚ ਕਾਸ਼ ਗੰਗਾ ਉਹ ਜਿਹਾ ਕਰੋੜਾਂ ਗੈਲੈਕਸੀਆਂ ਨੇ ਫਿਰ ਉਹਦੇ ਨਾਲੇ-ਨਾਲ ਉਹ ਹਿਊਜ ਫੀਲਡ ਹੈ ਬ੍ਰਹਮੰਡ ਅੱਡਾ ਵੀਨਸ ਅੱਡੇ ਵੀਨਸ ਮੇਰੀ ਆਈ ਤਾਂ ਜਿਹੜੀ ਮੇਰੀ ਮੈਂ ਤਾਂ ਬੜੀ ਟਿੱਚੂ ਆ ਹਾਂ ਦੇਖੋ ਤੁਸੀਂ ਉਹ ਸਾਰੀ ਸਾਰਾ ਸੱਚ ਹੀ ਭੁੱਲ ਗਏ ਸੀ ਇੱਕ ਝੂਠ ਚ ਆ ਗਏ ਕਿ ਮੈਂ ਹੁਣ ਅਜ ਤੁਸੀਂ ਇਹ ਕਿਸੇ ਬੰਦੇ ਮੈਂ ਤੋਂ ਇਲਾਵਾ ਨੂੰ ਸਜਾਦੀ ਕੁਝ ਨਹੀਂ ਹੈ ਤੇ ਕੋ ਬੰਦੇ ਦਾ ਪ੍ਰੈਸ਼ਨ ਜਾਏਗਾ ਜਾਏਗਾ ਕਿਉਂਕਿ ਹਰ ਬੰਦਾ ਮੈਂ ਜੇ ਦੇ ਮੈਂ ਮੈਂ ਲਈ ਫਿਰਦਾ ਤੁਸੀਂ ਆਪਣੀ ਮੈਂ ਲਈ ਫਿਰਦੇ ਉਹ ਦੋ ਆਪਣੀ ਮੈਂ ਲਈ ਫਿਰਦਾ ਤੇ ਮੈਂ ਮੈਂ ਤਾਂ ਫਿਰ ਟਕਰਾਈ ਜਾਣਗੇ ਆਪਸ ਚ ਬਿਲਕੁਲ ਡਾਕਟਰ ਸਾਹਿਬ ਕਈ ਵਾਰ ਕੀ ਹੁੰਦਾ ਕਿ ਇਨਸਾਨ ਅੱਜ ਦੇ ਸਮੇਂ ਦੇ ਵਿੱਚ ਨਾ ਛੇਤੀ ਸਮਝ ਨਹੀਂ ਲੱਗਦਾ ਕਿ ਕੀ ਕਰੀਏ ਜੇ ਬੰਦਾ ਪਰੇਸ਼ਾਨ ਆ ਪਹਿਲਾਂ ਤਾਂ ਚਲੋ ਸਮਝਾ ਲਿਆ ਸਮਝਾ ਲਿਆ ਫਿਰ ਕੋਈ ਸਲਾਹ ਦੇ ਦਿੰਦਾ ਐਂ ਕਰੋ ਫਿਰ ਭਾਈ ਡਾਕਟਰ ਸਾਹਿਬ ਕੋ ਲੈ ਜਾਓ ਤੁਸੀਂ ਐਂ ਕਰੋ ਉਹ ਫਲਾਣੇ ਡਾਕਟਰ ਕੋ ਲੈ ਜਾਓ ਉੱਥੇ ਉਹ ਦਿੰਦਾ ਇਹ ਦਵਾਈ ਉਹਨੇ ਸੈੱਟ ਕਰ ਦੇਣਾ ਮੇਰੀ ਫਲਾਣੀ ਭੂਆ ਦੀ ਕੁੜੀ ਨੂੰ ਐ ਹੋ ਗਿਆ ਜੀ ਜਾਂ ਕੁਛ ਨੂੰ ਹੋ ਗਿਆ ਸੀ ਤੁਹਾਨੂੰ ਕੀ ਲੱਗਦਾ ਇੱਕ ਕਾਉਂਸਲਿੰਗ ਤੇ ਇੱਕ ਦਵਾਈ ਇਹ ਇਸ ਬਿਮਾਰੀ ਦੇ ਵਿੱਚ ਕਿਹੜੀ ਚੀਜ਼ ਜ਼ਿਆਦਾ ਕਾਰਗਰ ਹੈ ਦੇਖੋ ਡਿਪਰੈਸ਼ਨ ਦੋ ਮੁੱਖ ਧਾਰਾਵਾਂ ਨੇ ਜਿ세 ਜਿਹੜੀਆਂ ਮਾਨਸਿਕ ਬਾਰੀਂ ਨੇ ਇੱਕ ਹੈ ਕਿ ਡਿਪਰੈਸ਼ਨ ਇੱਕ ਹੈ ਕਿ ਐਂਗਜ਼ਾਇਟੀ ਚਿੰਤਾ ਚਿੰਤਾ ਰੋਗ ਤੇ ਉਦਾਸੀ ਰੋਗ ਆਪਾਂ ਪੰਜਾਬੀ ਜਣ ਨੂੰ ਕਹੀ ਹੈ ਉਦਾਸੀ ਰੋਗ ਜਿਹੜੀ ਕਦੇ ਜਿਹਦੇ ਚ ਮਨ ਕੁਝ ਵੀ ਕਰਨ ਨੂੰ ਨਹੀਂ ਕਰਦਾ ਚਿੰਤਾ ਜਿਹਦੇ ਚ ਚਵੀ ਹੈ ਬੇਚੈਨੀ ਹੈ ਫਾਲਤੂ ਦਾ ਮਤਲਬ ਜਿਹੜਾ ਅੰਦਰ ਤੂਫਾਨ ਤੂਫਾਨ ਮੱਚਿਆ ਹੋਇਆ ਇਹ ਦੋ ਕਿਸਮ ਦੀਆਂ ਨੇ ਅਸਲ ਚ ਦੋਨੋਂ ਕਿਸਮ ਦੀਆਂ ਬਿਮਾਰੀਆਂ ਇਹਨਾਂ ਨੂੰ ਬਿਮਾਰੀਆਂ ਕਹਿਣਾ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਡਿਪਰੈਸ਼ਨ ਕੁਦਰਤ ਤੁਹਾਨੂੰ ਦਿੰਦੀ ਹੈ ਕੁਦਰਤ ਦਾ ਬਹੁਤ ਵੱਡਾ ਗਿਫਟ ਹੈ ਤੁਹਾਨੂੰ ਹਿੰਦੀ ਇੰਡੀਕੇਸ਼ਨ ਦੇਣ ਲਈ ਕਿ ਬੱਚੇ ਗਲਤ ਜਾ ਰਹੇ ਤੂੰ ਯੂ ਆਰ ਰੌਂਗ ਬਦ ਵਾਪਸ ਆਓ ਇਹ ਰਸਤਾ ਗਲਤ ਹੈ ਅਸੀਂ ਉਹ ਨੂੰ ਸੁਣਦੇ ਹੀ ਨਹੀਂ ਹਾਂ ਕੁਦਰਤ ਤੁਹਾਨੂੰ ਇਸ਼ਾਰਾ ਕਰਦੀ ਹੈ ਡਿਪਰੈਸ਼ਨ ਕਰਕੇ ਕਿ ਬੱਚੇ ਇਹ ਰਸਤਾ ਠੀਕ ਨਹੀਂ ਹੈ ਜੋ ਜਿੱਧਰ ਤੂੰ ਜਾ ਰਹਿਆ ਠੀਕ ਰਸਤਾ ਨਹੀਂ ਹੈ ਤੂੰ ਕੋਈ ਦਾ ਬਦਲ ਦਾ ਬਦਲ ਸੋਚ ਕੋਈ ਐਂਗਜ਼ਾਇਟੀ ਕੀ ਕਰਦੀ ਹੈ ਐਂਗਜ਼ਾਇਟੀ ਤੁਹਾਨੂੰ ਹੱਲ ਵੱਲ ਨੂੰ ਲੈ ਕੇ ਜਾਣਾ ਚਾਹੁੰਦਾ ਕੁਦਰਤ ਜੋ ਤੁਹਾਡੇ ਅੰਦਰ ਚਿੰਤਾ ਪੈਦਾ ਕਰਦੀ ਹੈ ਤਾਂ ਚਿੰਤਾ ਨਹੀਂ ਤੁਹਾਨੂੰ ਉਧਰ ਹੱਲ ਵੱਲ ਲੈ ਕੇ ਜਾਣਾ ਚਾਹੁੰਦੀ ਹੈ ਤੁਸੀਂ ਉਹਦੀ ਆਵਾਜ਼ ਨਹੀਂ ਸੁਣਦੇ ਮੈਂ ਤੁਹਾਨੂੰ ਗਰੰਟੀ ਦੇ ਦਿੰਦਾ ਕਿ ਜਿਹੜਾ ਬੰਦਾ 10 ਮਿੰਟ ਆਪਣੀ ਅੱਖਾਂ ਬੰਦ ਕਰਕੇ 15 ਮਿੰਟ ਰੋਜ਼ ਆਪਣੀ ਅੱਖਾਂ ਬੰਦ ਕਰਕੇ ਆਪਣੇ ਡਿਪਰੈਸ਼ਨ ਦੇ ਉੱਪਰ ਆਪਣੀ ਐਂਗਜ਼ਾਇਟੀ ਦੇ ਉੱਪਰ ਮੈਡੀਟੇਸ਼ਨ ਕਰ ਲਵੇ ਕੁਦਰਤ ਨੂੰ ਇਸ਼ਾਰਾ ਕਰਨ ਲੱਗ ਜਾਂਦੀ ਹੈ ਵੀ ਬੱਚੇ ਆਹ ਰਸਤਾ ਠੀਕ ਨਹੀਂ ਹੈ ਇੱਧਰ ਆਧਰ ਜਾਓ ਆਹ ਤਰ੍ਹਾਂ ਹੱਲ ਆਹ ਤਰ੍ਹਾਂ ਹੱਲ ਅਸੀਂ ਉਧਰ ਧਿਆਨ ਨਹੀਂ ਕਰਦੇ ਅਸੀਂ ਉਹਨੂੰ ਸਮਝਦੇ ਵੀ ਬਿਮਾਰੀ ਹੈ ਬਿਮਾਰੀ ਜਾਂਨੇ ਮਾਨਸਿਕ ਰੋਗਾਂ ਕੋਲ ਜਾਂਨੇ ਮਾਨਸਿਕ ਰੋਗਾਂ ਦਾ ਸਾਰਾ ਦਵਾਈ ਦੇ ਕੇ ਉਹਨੂੰ ਡਿਪਰੈਸ ਕਰ ਦਿੰਦਾ ਪੂਰੇ ਦਾ ਪੂਰਾ ਨਰਵਸ ਸਿਸਟਮ ਤੁਹਾਡਾ ਜਿਹੜਾ ਉਹ ਕੰਮ ਕਰਨੋਂ ਜੇ ਜੇ ਮੈਲਾ ਤੁਹਾਡਾ ਬੰਦਾ 100 100% ਕੰਮ ਕਰ ਰਿਹਾ ਸੀਗਾ ਤੇ ਦਵਾਈ ਲੈਣ ਤੋਂ ਬਾਅਦ ਤੁਹਾਡਾ 50% ਨਰਵ ਸਿਸਟਮ ਡਿਪਰੈਸ ਹੋ ਜਾਏਗਾ ਉਹਦਾ ਨੈਟ ਰਿਜ਼ਲਟ ਕੀ ਨਿਕਲੇਗਾ ਕਿ ਤੁਸੀਂ ਕੰਮ ਨਹੀਂ ਕਰ ਸਕੋਗੇ ਕੁਝੇ ਬੰਦੇ ਨੇ ਕੋਈ ਆਪਣਾ ਕੰਮ ਕਰਨਾ ਸੀਗਾ ਰੋਜ਼ਗਾਰ ਦਾ ਕਿਸੇ ਬੰਦੇ ਨੇ ਪਰਿਵਾਰ ਨੂੰ ਚੰਗੀ ਤਰ੍ਹਾਂ ਡੀਲ ਕਰਨਾ ਸੀ ਕਿ ਇਹਨੇ ਆਪਣੀ ਮਾਂ ਪੈਣ ਤੇ ਤੀ ਦੀ ਸਮੱਸਿਆ ਹੱਲ ਕਰਨੀ ਸੀ ਉਹ ਤੁਸੀਂ ਤੁਹਾਡੀ ਐਫੀਸ਼ੀਐਂਸੀ ਘਟ ਗਈ ਨਾ ਸਮੱਸਿਆਵਾਂ ਵਧਣੀਆਂ ਸ਼ੁਰੂ ਹੋ ਗਈਆਂ ਉਲਟਾ ਕਿ ਤੁਸੀਂ 100% ਐਫੀਸ਼ੀਐਂਸੀ ਨਾਲ ਜਿਹੜਾ ਕੰਮ ਕਰਨਾ ਸੀਗਾ ਉਹ ਤੁਹਾਡੀ 50% ਐਫੀਸ਼ੀਐਂਸੀ ਦੀ ਦਵਾਈ ਖਾਗੀ ਹੁਣ ਤੁਹਾਡੀਆਂ ਸਮੱਸਿਆਵਾਂ ਉਲਟਾ ਉਹ ਲੋਕ ਸੋਚਦੇ ਨੇ ਇਹ ਵੀ ਚੰਗਾ ਬੰਦਾ ਹੈ ਤਾਂ ਗੋ ਗੋ ਅਸੀਂ ਗੱਲ ਕਰਦੇ ਗੱਲ ਹੀ ਨਹੀਂ ਗੱਲ ਨਹੀਂ ਸੁਣਦਾ ਹੈ ਤਾਂ ਇਹ ਦਵਾਈਆਂ ਜਿਹੜੀਆਂ ਨੇ ਇਹ ਠੀਕ ਸੁਕ ਨਹੀਂ ਕਰਦੀਆਂ ਤੁਹਾਨੂੰ ਇੱਕ ਵਾਰੀ ਮੈਨੇਜਮੈਂਟ ਕਰ ਦਿੰਦੀਆਂ ਨੇ ਵੀ ਠੀਕ ਹੈ ਜਿਹੜੀ ਤੁਹਾਨੂੰ ਜ਼ਿਆਦਾ ਤੰਗ ਕਰ ਰਹੀ ਹੈ ਉਹ ਤੋਂ ਥੋੜਾ ਜਿਹਾ ਰਿਲੀਫ ਮਿਲ ਜਾਂਦਾ ਹੈ ਬੰਦੇ ਨੂੰ ਲੱਗਦਾ ਵੀ ਮੈਂ ਜਿਆ ਥੋੜਾ ਜਿਹੀ ਜਿਹੜੀ ਮੇਰੀ ਦਿਮਾਗ ਦੀ ਉਹ ਸੀ ਉਹ ਘਟ ਗਈ ਲੇਕਿਨ ਲੰਬੇ ਸਮੇਂ ਚ ਕੀ ਹੁੰਦਾ ਉਲਟਾ ਜ਼ਿਆਦਾ ਉਲਝੋਗੇ ਤੁਸੀਂ ਕਿਉਂਕਿ ਕਿਉਂਕਿ ਤੁਸੀਂ ਜਿੱਧਰ ਹਾਲ ਕੁਦਰਤ ਲਾ ਕੇ ਜਾਣਾ ਚਾਹ ਰਹੇ ਸੀ ਉਧਰ ਨਹੀਂ ਜਾਓਗੇ ਤੁਸੀਂ ਸਗੋਂ ਉਹਨਾਂ ਲਾਮਤਾਂ ਨੂੰ ਦਬਾਤਾ ਲਾਮਤਾਂ ਨੂੰ ਦਬਾ ਕੇ ਤੁਸੀਂ ਉਲਟਾ ਹੱਲ ਤੋਂ ਹੁੰਦੇ ਹੱਲ ਨੂੰ ਰੋਕ ਲਿਆ ਹੁਣ ਇਹਦਾ ਹੱਲ ਕੀ ਹੈ ਇਹਦਾ ਹੱਲ ਬਿਲਕੁਲ ਉਲਟਾ ਹੈ ਇਹ ਬੰਦੇ ਨੂੰ ਉਹਨਾਂ ਲਾਮਤਾਂ ਤੋਂ ਨਜਾਦ ਦਵਾਈ ਜਾਵੇ ਇਸ ਢੰਗ ਦੇ ਨਾਲ ਕਾਉਂਸਲ ਕਰਕੇ ਕਿ ਕਿ ਪਹਿਲੀ ਗੱਲ ਤਾਂ ਜੇ ਤੁਹਾਨੂੰ ਡਿਪਰੈਸ਼ਨ ਹੋ ਰਿਹਾ ਤਾਂ ਕਿਉਂ ਹੋ ਰਿਹਾ ਉਹਦਾ ਅੰਦਰ ਸਾਈਕੋਨਾਲਿਸਿਸ ਕੀਤਾ ਜਾਵੇ ਉਹ ਕਾਰਨ ਲੱਭ ਜੇਗਾ ਵੀ ਆਹ ਕਾਰਨ ਸੀਗਾ ਉਹ ਕਾਰਨ ਜੇ ਫਿਰ ਕੋਈ ਫੈਮਿਲੀ ਦਾ ਮੈਂਬਰ ਹੋਏਗਾ ਕੋਈ ਉਹਦਾ ਦੋਸਤ ਮਿੱਤਰ ਹੋਏਗਾ ਕੋਈ ਉਹਦੇ ਨਾਲ ਕੋਈ ਲਵਰ ਬਿਲਾਵਟ ਦਾ ਰਿਸ਼ਤਾ ਹੋਏਗਾ ਉਹਦਾ ਉਹ ਹੋਏਗਾ ਕੋਈ ਦੀ ਵਾਈਫ ਹੋਏਗੀ ਕੁਛ ਨਾ ਕੁਛ ਹੋਏਗਾ ਉਹਨੂੰ ਕਾਉਂਸਲ ਕੀਤਾ ਜਾ ਸਕਦਾ ਸੋ ਕਾਉਂਸਲਿੰਗ ਅਲਟੀਮੇਟ ਸੋਲੂਸ਼ਨ ਹੈ ਤੇ ਦੂਜੀ ਗੱਲ ਹੈਗਾ ਕਿ ਹੈਪੀਨੈਸ ਦੀ ਖੁਸ਼ ਰਹਿਣਾ ਉਹਨੂੰ ਅਸੀਂ ਹੈਪੀਨੈਸ ਪ੍ਰੋਟੋਕਾਲ ਕਰਕੇ ਅੱਜ ਲੋਕਾਂ ਨੂੰ ਸਿਖਾ ਰਹੇ ਹਾਂ ਕਿ ਕਿ ਭਾਈ ਕਈ ਵਾਰੀ ਜੇ ਉਦਾਸੀ ਆ ਕਹੋ ਜਿਆ ਉਦਾਸੀ ਰੋਗ ਜਿਹੜਾ ਹੈ ਕਹੋ ਜੀ ਇਹੋ ਜਿਆ ਕੁਚੱਕਰ ਹੈ ਜੋ ਤੁਸੀਂ ਉਦਾਸ ਰਹਿਣ ਲੱਗ ਜਾਂਦੇ ਹੋ ਤਾਂ ਫਿਰ ਤੁਹਾਨੂੰ ਅਸੇ ਪਾਸੇ ਖੁਸ਼ੀ ਦਿਸਣੀ ਬੰਦ ਹੋ ਜਾਂਦੀ ਹੈ ਜੋ ਤੁਸੀਂ ਉਦਾਸੀ ਇੱਕ ਪਿੰਜਰਾ ਹੈ ਤੁਸੀਂ ਬੰਦ ਪਿੰਜਰੇ ਚ ਆਪਣੇ ਆਪ ਨੂੰ ਕੈਦ ਕਰ ਲਿਆ ਤਾਨੂੰ ਜ਼ਿੰਦਗੀ ਦੀ ਸੁੰਦਰਤਾ ਨਾ ਤੈਨੂੰ ਫੁੱਲ ਸੋਹਣੇ ਲੱਗਦੇ ਨੇ ਨਾ ਤੈਨੂੰ ਮਿਊਜ਼ਿਕ ਚੰਗਾ ਲੱਗਦਾ ਨਾ ਤੈਨੂੰ ਯਾਰ ਦੋਸਤ ਚੰਗਾ ਲੱਗਦਾ ਨਾ ਤੈਨੂੰ ਭੈਣ ਭਰਾ ਚੰਗਾ ਲੱਗਦਾ ਤੁਸੀਂ ਆਪਣੇ ਆਪ ਨੂੰ ਕੱਟ ਲਿਆ ਤੇ ਉਹ ਫਿਰ ਜਦੋਂ ਤੁਸੀਂ ਉਹਦੇ ਚ ਉਲਝ ਗਏ ਤਾਂ ਉਲਝ ਗਏ ਫਿਰ ਅਸੀਂ ਪੋਲੀਚ ਕਦਮ ਨਹੀਂ ਕੱਢ ਦਿੰਦੇ ਪੇਸ਼ੈਂਟ ਨੂੰ ਕਹਿ ਕੇ ਤੂੰ ਨਿਕਲੇ ਚੋਂ ਤੂੰ ਖੁਸ਼ ਰਹਿ ਉਹਨਾਂ ਹੱਸਿਆ ਕਰ ਤੂੰ ਨੱਚਿਆ ਕਰ ਗਾਣੇ ਗਾਇਆ ਕਰ ਤੂੰ ਲੋਕਾਂ ਨਾਲ ਗੱਲਾਂ ਕਰਿਆ ਕਰ ਤਾਂ ਉਹ ਕੁਦਰ ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਜ਼ਿਆਦਾ کارਗਰ ਤਰੀਕੇ ਨੇ ਮੈਂ ਸਮਝਦਾ ਕਿ ਉਹਦਾ ਤੁਸੀਂ ਜਿਹੜਾ ਸਵਾਲ ਕੀਤਾ ਸੀਗਾ ਕਿ ਡਾਕਟਰ ਦੀ ਦਵਾਈ ਜ਼ਿਆਦਾ ਇਫੈਕਟਿਵ ਹੈ ਜੀ ਕਾਉਂਸਲਿੰਗ ਜ਼ਿਆਦਾ ਇਫੈਕਟਿਵ ਹੈ ਡਾਕਟਰ ਦੀ ਦਵਾਈ ਉਲਟਾ ਲੱਜਉਂਦੀ ਹੈ ਸੈਕਟਰੀ ਦੇ ਮਰੀਜ਼ ਆ ਮੈਂ ਇੱਕ ਮੇਰੀ ਅੱਜ ਮੇਰੇ 50 ਸਾਲ ਹੋ ਗਏ ਜ਼ਿੰਦਗੀ ਚ ਡਾਕਟਰੀ ਕਰਦਿਆਂ ਨੂੰ ਮੈਂ ਕੋਈ ਮਰੀਜ਼ ਨਹੀਂ ਦੇਖਿਆ ਜਿਹੜਾ ਸੈਕਟਰੀ ਦਵਾਈ ਖਾ ਕੇ ਬੰਦਾ ਉਹਦੇ ਚੋਂ ਰਾਜੀ ਹੋ ਗਿਆ ਹੋਵੇ ਹਾਂ ਉਲਟਾ ਹੁੰਦਾ ਹੈ ਕਿ ਜਿਹੜੇ ਬੰਦੇ ਸਾਲ 6 ਮਹੀਨੇ ਸੈਕਟਰੀ ਦਵਾਈ ਖਾ ਰਹੇ ਨੇ ਤੇ ਚਾਰ ਪੰਜ ਛੇ ਦਵਾਈਆਂ ਲਿਆ ਕੇ ਸਾਹਮਣੇ ਰੱਖ ਦਿੰਦੇ ਆ ਤੁਹਾਨੂੰ ਮੱਥੇ ਤੇ ਹੱਥ ਮਾਰਦਾ ਮੈਂ ਵੀ ਹੁਣੇ ਬੰਦਾ ਜੋ ਦਿਸ ਰਿਹਾ ਹੈ ਦਵਾਈਆਂ ਕਰਕੇ ਆ ਕਿ ਬਿਮਾਰੀ ਕਰਕੇ ਆ ਬਿਲਕੁਲ ਉਹ ਬਹੁਤੀ ਵਾਰ ਦਵਾਈਆਂ ਦੀ ਦੇਣ ਹੁੰਦਾ ਉਹ ਜੋ ਜੋ ਦਿਖ ਰਿਹਾ ਹੁੰਦਾ ਤੁਹਾਨੂੰ ਉਹ ਉਹ ਦਵਾਈਆਂ ਦੀ ਦੇਣ ਹੁੰਦਾ ਤੇ ਇਸ ਕਰਕੇ ਜਿਹੜੀਆਂ ਦਵਾਈਆਂ ਨੇ ਖੁਦ ਬਿਮਾਰੀਆਂ ਨੇ ਸਿਕਟਰੀ ਵਾਲੀਆਂ ਖਾਸ ਕਰਕੇ ਵੈਸੇ ਤਾਂ ਸਾਰੀਆਂ ਦਵਾਈਆਂ ਜਿਹੜੀਆਂ ਪੁਰਾਣੀਆਂ ਲੰਬੇ ਸਮੇਂ ਚ ਵਰਤੀ ਜਾਣ ਵਾਲੀਆਂ ਦਵਾਈਆਂ ਨੇ ਸਾਰੀਆਂ ਬਾਰੇ ਤੁਸੀਂ ਕਹਿ ਸਕਦੇ ਹੋ ਲੇਕਿਨ ਸਿਕਟਰੀ ਦੀਆਂ ਦਵਾਈਆਂ ਖਾਸ ਕਰਕੇ ਜਿਹੜੀਆਂ ਨੇ ਉਹ ਉਹ ਲੰਬੇ ਸਮੇਂ ਚ ਖਾਣੀਆਂ ਬਹੁਤ ਹੀ ਖਤਰਨਾਕ ਨੇ ਅਰਜੀ ਤੌਰ ਤੇ ਤੁਸੀਂ ਹੈਲਪ ਲੈ ਸਕਦੇ ਹੋ ਜੇ ਬੰਦਾ ਤੁਹਾਨੂੰ ਫੋਰੀ ਲੱਗਦਾ ਹੈ ਕਿ ਵੀ ਬੰਦਾ ਸੁਸਾਈਡ ਕਰ ਸਕਦਾ ਹੈ ਇਹ ਬੰਦਾ ਤਾਂ ਇੰਨਾ ਵਿਚਾਇਨ ਹੋ ਗਿਆ ਵੀ ਨੀਂਦ ਨਹੀਂ ਆ ਰਹੀ ਇਹਨੂੰ ਬਿਲਕੁਲ ਹੀ ਬਿਲਕੁਲ ਉਥੋ ਥੋੜਾ ਜਿਹਾ ਹਲਕਾ ਫੁਲਕਾ ਹਫਤੇ ਦਸ ਦਿਨ ਲਈ ਉਹਨੂੰ ਖਿੱਚਣ ਲਈ ਤੁਸੀਂ ਚਲੋ ਸਪੋਰਟ ਲੈ ਲਓ ਸਪੋਰਟ ਲੈ ਲਓ ਪਰ ਉਹਦੋਂ ਪਰ ਬਾਅਦ ਚ ਲੰਬੇ ਸਮੇਂ ਚ ਉਹਨੂੰ ਦਵਾਈਆਂ ਵਰਤਣੀਆਂ ਜਿਹੜੀਆਂ ਮੈਂ ਸਮਝਦਾ ਬਹੁਤ ਵੱਡਾ ਪਾਪ ਹੈ ਤੇ ਸੈਕਟਰੀ ਦੀਆਂ ਦਵਾਈਆਂ ਲੰਬਾ ਸਮਾਂ ਨਹੀਂ ਵਰਤਣੀਆਂ ਚਾਹੀਦੀਆਂ ਲੰਬਾ ਸਮਾਂ ਜਦੋਂ ਵੀ ਵਰਤਾਂਗੇ ਤਾਂ ਅਸੀਂ ਬੰਦੇ ਦਾ ਸੱਤਿਆ ਨਾਸ ਮਾਰਾਂਗੇ ਉਹਦਾ ਬ੍ਰੇਨ ਕੱਟ ਜਾਏਗਾ ਉਹਦੀ ਸਾਰੀ ਨਰਵਸ ਸਿਸਟਮ ਵੀਕ ਹੋ ਜਾਏਗਾ ਉਹਦੀ ਸਾਰਾ ਸਾਰਾ ਸਿਸਟਮ ਜਿਹੜਾ ਉਹਦਾ ਸਪੋਰਟ ਸਿਸਟਮ ਵੀਕ ਹੋ ਜਾਏਗਾ ਉਦੇ ਦੋਸਤ ਮਿੱਤਰ ਘਟ ਜਾਣਗੇ ਕਿਹੜਾ ਬੰਦਾ ਰੋਂਦਿਆਂ ਨਾਲ ਰੋਂਦਾ ਫਿਰ ਵੀ ਜੇ ਅੱਜ ਦੇ ਸਮੇਂ ਦੇ ਵਿੱਚ ਚਾਹੇ ਆਪਾਂ ਮਨੋਰੰਜਨ ਦੇ ਸਾਧਨ ਬਹੁਤ ਜ਼ਿਆਦਾ ਬਣਾ ਲਏ ਨੇ ਜਿਵੇਂ ਮੰਨ ਲਓ ਜੇ ਕੋਈ ਜਿਵੇਂ ਆਪਾਂ ਕਹਿ ਦਈਏ ਕਿ ਜੇ ਮੈਂ ਆਪਣੀ ਉਹ ਗੱਲ ਕਰਾਂ ਜੇ ਮੈਂ ਘਰੇ ਜਾਵਾਂ ਤਾਂ ਜ਼ਿਆਦਾਤਰ ਸਮਾਂ ਮੈਂ ਆਪਣੀ ਫੈਮਲੀ ਨਾਲ ਨਹੀਂ ਬਤਾਉਂਗਾ ਮੈਂ ਫੋਨ ਦੇ ਉੱਤੇ ਆਪਣੀ ਉਂਗਲਾਂਾਂ ਨਾਲ ਹੀ ਮਰ ਜਣਾ ਇਹ ਇਹ ਵੀ ਇੱਕ ਬਹੁਤ ਵੱਡਾ ਕਾਰਨ ਬਣਦਾ ਹੈ ਇੱਕ ਡਿਪਰੈਸ਼ਨ ਦਾ ਕਹਿੰਦੇ ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੇ ਜਿਹੜੇ ਰਿਸ਼ਤੇ ਨੇ ਉਹ ਜ਼ਿਆਦਾ ਇੰਪੋਰਟੈਂਟ ਨੇ ਜਿਹੜੀ ਤੁਹਾਡੀ ਕੁਲ ਟੈਕਨੀਕਾਂ ਨੇ ਇਹ ਚਾਹੇ ਫੋਨ ਦੀ ਆ ਜਾਂ ਜਾਂ ਇੰ ਇਹ ਤੁਹਾਡੇ ਵਾਸਤੇ ਬਣੀ ਐ ਤੁਸੀਂ ਇਹਨਾਂ ਵਾਸਤੇ ਨਹੀਂ ਬਣੇ ਤੁਸੀਂ ਇਹਨੂੰ ਸੀਮਤ ਰੰਗ ਨਾਲ ਤੇ ਸਿਆਣਪ ਨਾਲ ਵਰਤੋ ਐਵੇਂ ਫालतू ਉਹਦੇ ਚ ਉਲਝੇ ਨਾ ਰਹੋ ਜੇ ਤੁਸੀਂ ਸਿਆਣਪ ਨਾਲ ਵਰਤੋਗੇ ਤਾਂ ਕੁਝ ਗੇਨ ਕਰ ਲੋਗੇ ਜੇ ਫालतू ਉਲਝੋਗੇ ਤਾਂ ਫਸੋਗੇ ਉਹ ਚਾਹੇ ਉਹ ਟੀਵੀ ਦੇਖਣਾ ਚਾਹੇ ਜਿਹੜਾ ਸੋਸ਼ਲ ਮੀਡੀਆ ਵਾਲਾ ਚੱਕਰ ਐ ਥੋੜੇ ਜਿਹੇ ਇਹਨੂੰ ਬਹੁਤ ਹੀ ਸਿਆਣਪ ਔਰ ਸੂਝ ਨਾਲ ਤੇ ਵਿਵੇਕ ਨਾਲ ਵਰਤਣਾ ਚਾਹੀਦਾ ਔਰ ਬੱਚਿਆਂ ਚ ਵੀ ਇਹ ਹੀ ਗੱਲ ਪਾਉਣੀ ਚਾਹੀਦੀ ਹੈ ਕਿ ਇਹਨੂੰ ਬਈ ਉਹਨਾਂ ਕ ਵਰਤੋ ਜਿੰਨਾਂ ਕ ਇਹਦੀ ਤੁਹਾਨੂੰ ਲੋੜ ਐ ਅਵੇਂ ਫालतੂ ਚੁੱਲਜੋ ਨਾ ਆਪਣੇ ਭੈਣ ਭਾਈ ਰਿਸ਼ਤੇ ਮਾਂ ਪੁੱਤ ਜਿਹੜੇ ਨੇ ਉਹ ਗੱਲਾਂ ਜਿਹੜੀਆਂ ਖੁਸ਼ੀ ਜ਼ਿਆਦਾ ਦਿੰਦੀਆਂ ਨੇ ਇਹ ਜੀ ਖੁਸ਼ੀ ਨਹੀਂ ਦੇਊਗੀ ਤੁਹਾਨੂੰ ਇਹ ਤੁਹਾਨੂੰ ਇਨਫੋਰਮੇਸ਼ਨ ਦਿੰਦੀ ਹੈ ਨੌਲੇਜ ਨਹੀਂ ਦਿੰਦੀ ਹਮ ਇਨਫੋਰਮੇਸ਼ਨ ਤੇ ਨੌਲੇਜ ਡਿਫਰੈਂਸ਼ੀਏਟ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਇਨਫੋਰਮੇਸ਼ਨ ਨਾਲ ਫਲੱਡ ਕੀਤਾ ਜਾ ਰਿਹਾ ਜਿਉਂਨਾ ਤੁਸੀਂ ਮੀਡੀਆ ਦੇਖੋਗੇ ਸਾਰਾ ਤੁਹਾਡੇ ਅੰਦਰ ਤੜਾ ਤੜ ਬੰਬਾਰਡਮੈਂਟ ਹੋ ਰਹੀ ਹੈ ਇਨਫੋਰਮੇਸ਼ਨ ਦੀ ਨੌਲੇਜ ਕੋਈ ਨਹੀਂ ਹੈ ਤੁਸੀਂ ਐਨਲਾਈਸਿਸ ਤਾਂ ਕਰ ਸਕੋ ਨਾ ਜੋ ਤੁਹਾਨੂੰ ਦਿੱਤੀ ਜਾ ਰਹੀ ਹੈ ਉਹ ਠੀਕ ਹੈ ਕਿ ਗਲਤ ਹੈ ਉਹ ਪਤਾ ਨਹੀਂ ਲੱਗਦਾ ਉਲਟਾ ਤੁਹਾਨੂੰ ਬਹੁਤ ਵਾਰੀ ਝੂਠ ਤੁਹਾਡੇ ਸਾਹਮਣੇ ਆ ਪਿਛਲੇ 2 ਸਾਲਾਂ ਜੋ ਝੂਠ ਪ੍ਰੋਸਿਆ ਗਿਆ ਉਹ ਸਾਡੇ ਸਾਹਮਣੇ ਆ ਉਹ ਬੜਾ ਸਪਸ਼ਟ ਰੂਪ ਚ ਉਪਨ ਆ ਗਿਆ ਹੁਣ ਵੀ ਸਾਰਾ ਝੂਠ ਆ ਉਸ ਤੋਂ ਪਹਿਲਾਂ ਕਿੰਨੇ ਝੂਠ ਮੋٹے ਮੋٹے ਆਏ ਆਬਾਦੀ ਬਹੁਤ ਵੱਧ ਰਹੀ ਆ ਉਹ ਝੂਠ ਆਇਆ ਉਹ ਆਇਆ ਕਿੰਨਾ ਖਾਣ ਪੀਣ ਦੀ ਗੱਲਾਂ ਤੇ ਝੂਠ ਆਇਆ ਉਹ ਝੂਠ ਪ੍ਰੋਸ ਦਿੰਦੇ ਤੁਹਾਡੇ ਸਾਹਮਣੇ ਆ ਅਸੀਂ ਝੂਠ ਲਈ ਜਾਂਦੇ ਆ ਕਿਉਂਕਿ ਉਹ ਇਨਫੋਰਮੇਸ਼ਨ ਨੂੰ ਅਸੀਂ ਨੌਲੇਜ ਸਮਝਦੇ ਆ ਸੋ ਨੌਲੇਜ ਜਿਹੜਾ ਹੁੰਦਾ ਉਹ ਇਨਫੋਰਮੇਸ਼ਨ ਤੋਂ ਸ਼ੁਰੂ ਹੁੰਦਾ ਇਨਫੋਰਮੇਸ਼ਨ ਨੌਲੇਜ ਨਹੀਂ ਹੁੰਦੀ ਇਨਫੋਰਮੇਸ਼ਨ ਨੌਲੇਜ ਤੋਂ ਸ਼ੁਰੂ ਹੁੰਦਾ ਜਦੋਂ ਉਸ ਇਨਫੋਰਮੇ ਤੇ ਉਹ ਪਰਖਣ ਵਾਲਾ ਕੰਮ ਜਿਹੜਾ ਉਹ ਜ਼ਿਆਦਾ ਜ਼ਰੂਰੀ ਹੁੰਦਾ ਤੇ ਇਹ ਜਿਹੜੀ ਇਨਫਾਰਮੇਸ਼ਨ ਹੈ ਉਸ ਤੋਂ ਉਹਦੇ ਤੋਂ ਬਮੁਜ਼ਲ ਨਹੀਂ ਹੋਣਾ ਚਾਹੀਦਾ ਵੀ ਮੈਂ ਇਨਫਾਰਮੇਸ਼ਨ ਬੜੀ ਥੋਕ ਚ ਲੈ ਰਿਹਾ ਤੇ ਮੈਂ ਬੜਾ ਗ੍ਰੇਟ ਆਦਮੀ ਆ ਸੋ ਇਹਦੇ ਚ ਉਲਝਣ ਦੀ ਉਲਝਣ ਦੀ ਲੋੜ ਨਹੀਂ ਹੁੰਦੀ ਬਹੁਤ ਬਹੁਤ ਧੰਨਵਾਦ ਸਭ ਤੋਂ ਸਿਮਣਾ ਸਮਝ ਦਿੱਤਾ ਜਿਵੇਂ ਕਿ ਦਰਸ਼ਕੋ ਡਾਕਟਰ ਸਾਹਿਬ ਨੇ ਵੀ ਅੰਤ ਦੇ ਵਿੱਚ ਇਹ ਗੱਲ ਕਹੀ ਕਿ ਜਿਹੜਾ ਸਮਾਂ ਆ ਉਹ ਆਪਣੀ ਫੈਮਲੀ ਨਾਲ ਆਪਣੇ ਫੈਮਲੀ ਮੈਂਬਰ ਨਾਲ ਜ਼ਰੂਰ ਬਤਾਓ ਜ਼ਰੂਰੀ ਨਹੀਂ ਕਿਉਂਕਿ ਉਹ ਵੀ ਸਾਰਾ ਦਿਨ ਜੇ ਤੁਸੀਂ ਕੰਮ ਤੇ ਜਾਂਦੇ ਹੋ ਤਾਂ ਉਹ ਵੀ ਤੁਹਾਡੀ ਵੇਟ ਕਰਦੇ ਨੇ ਘਰ ਦੇ ਵਿੱਚ 100 ਗੱਲਬਾਤ ਹੁੰਦੀ ਹੈ ਕੋਈ ਅਗਲੇ ਨੇ ਫੀਲਿੰਗ ਸ਼ੇਅਰ ਕਰਨੀਆਂ ਤਾਂ ਉਸੇ ਵੀ ਜੇ ਕੋਈ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚੋਂ ਤੁਸੀਂ ਆਪਣੇ ਜੇ ਵਾਈਫ ਨਾਲ ਆਪਣੇ ਘਰਦਿਆਂ ਨਾਲ ਆਪਣੇ ਬੇਟੇ ਨਾਲ ਜਿਨ੍ਹਾਂ ਨਾਲ ਤੁਸੀਂ ਸ਼ੇਅਰ ਕਰ ਸਕਦੇ ਹੋ ਉਹਨਾਂ ਨਾਲ ਗੱਲਬਾਤ ਜਰੂਰ ਕਰੋ ਕਿਉਂਕਿ ਦਵਾਈ ਇਕੱਲਾ ਹੱਲ ਨਹੀਂ ਹੈ ਕੱਲਾ ਦਵਾਈ ਦੇ ਨਾਲ ਹੱਲ ਨਹੀਂ ਹੋਣਾ ਜਦੋਂ ਤੱਕ ਤੁਸੀਂ ਆਪਣੇ ਮਨ ਦੇ ਅੰਦਰ ਜੇ ਕੋਈ ਗੱਲ ਲੈ ਕੇ ਬੈਠੇ ਹੋ ਜਾਂ ਆਪਣੇ ਦਿਮਾਗ ਦੇ ਵਿੱਚ ਕੋਈ ਗੱਲ ਲੈ ਕੇ ਬੈਠੇ ਹੋ ਉਹਨੂੰ ਦੱਸੋ ਸ਼ੇਅਰ ਕਰੋ ਕਿਉਂਕਿ ਸ਼ੇਅਰ ਕਰਨ ਨਾਲੇ ਤੁਹਾਨੂੰ ਵੀ ਹੌਲਾ ਲੱਗੇਗਾ ਨਾਲੇ ਜੇ ਕੋਈ ਹੱਲ ਨਿਕਲ ਆਊਗਾ ਤਾਂ ਉਹ ਵੀ ਹੱਲ ਜਰੂਰ ਨਿਕਲ ਜੂਗਾ ਉਮੀਦ ਇਹ ਰੱਖਾਂਗੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਦ ਤੱਕ ਲਈ ਮੈਨੂੰ ਜਾਨੀ ਹਰਵਿੰਦਰ ਖੰਨੇ ਦਾ ਦੋ ਇਜਾਜ਼ਤ ਦੇ ਦਿਓ ਰਹਿਮਤ ਟੀਵੀ ਧੰਨਵਾਦ